ਸਭ ਤੋਂ ਪਹਿਲਾਂ ਮੇਰੀ ਸਟਿਚਿੰਗ ਦਾ ਕੰਮ ਕਰਦੇ ਆ, ਸਹੀ ਹੈ, ਤਾਂ ਹੀ ਮਸ਼ੀਨਾਂ ਪਈਆਂ ਹੋਈਆਂ ਹੈਗੀਆਂ। ਤੁਹਾਡੇ ਸਾਰਿਆਂ ਦੇ ਕਹਿਣ ਤੇ ਆਪਾਂ ਬਣਾਉਣ ਜਾ ਰਹੇ ਹਾਂ ਮੇਰੇ ਪੇਕਿਆਂ ਦੇ ਘਰ ਦਾ ਹੋਮ ਟੂਰ। ਖਲਾਰੇ ਤੇ ਨਾ ਜਾਇਓ, ਬਸ ਠੀਕ ਹੈ, ਘਰ ਤੇ ਜਾਇਓ, ਨੋਟ ਖਲਾਰੇ ਤੇ। ਘਰ ਦੇ ਬੰਦੇ ਦੇਖਣੇ, ਖਲਾਰਾ ਨਹੀਂ ਦੇਖਣਾ। ਯੈਸ, ਸਹੀ ਗੱਲ ਹੈ। ਫਸਟ ਕੀ ਦੱਸਦਾ, ਇਹ ਹੈ ਸਾਡੀ ਛੋਟੀ ਜਿਹੀ ਬੈਠਕ, ਠੀਕ ਹੈ। ਇਹ ਅਸੀਂ ਤਿਆਰ ਕਰਵਾਈ ਸੀਗੀ। ਮਮਾ ਸਟਿਚਿੰਗ ਦਾ ਕੰਮ ਕਰਦੇ ਆ, ਸਭ ਤੋਂ ਪਹਿਲਾਂ ਮੇਰੀ ਸਟਿਚਿੰਗ ਦਾ ਕੰਮ ਕਰਦੇ ਆ, ਸਹੀ ਹੈ, ਤਾਂ ਹੀ ਮਸ਼ੀਨਾਂ ਪਈਆਂ ਹੋਈਆਂ ਹੈਗੀਆਂ। ਤੇ ਉਸ ਤੋਂ ਬਾਅਦ ਇਹ ਘਰ ਅਸੀਂ ਤਿਆਰ ਕਰਵਾਇਆ 3 ਸਾਲ ਪਹਿਲਾਂ, ਠੀਕ ਹੈ। ਤੇ ਇੱਥੇ ਕੁਛ ਵੀ ਨਹੀਂ ਹੁੰਦਾ ਸੀਗਾ, ਇੱਥੇ ਜਸਟ ਵਾਸ਼ਰੂਮ ਵਗੈਰਾ ਹੁੰਦੇ ਸੀ, ਜਿਹੜੀ ਹੁਣ ਬੈਠਕ ਬਣ ਚੁੱਕੀ ਹੈ ਬਹੁਤ ਵੱਡੀ। ਜਿੱਥੇ ਬੈੱਡ ਲੱਗਿਆ ਇੱਥੇ ਸਾਡੀ ਬਹੁਤ ਡੂੰਘੀ ਟੈਂਕੀ ਹੁੰਦੀ ਸੀ, ਜਿੱਥੇ ਅਸੀਂ ਬਾਲਟੀਆਂ ਭਰ ਭਰ ਕੇ ਪਾਣੀ ਖਿੱਚਦੇ ਹੁੰਦੇ, ਮਤਲਬ ਪੁਰਾਣਾ ਖੂਹ ਟੈਪ, ਡੱਗ ਬੰਦ ਹੁੰਦੇ ਸੀ, ਡੱਗ ਨਹੀਂ ਸੀਗਾ, ਟੈਂਕੀ ਸੀ ਪਾਣੀ ਵਾਲੀ। ਅੱਛਾ, ਪਾਣੀ ਵਾਲੀ ਟੈਂਕੀ ਵਿੱਚ ਅਸੀਂ ਪਾਣੀ ਖਿੱਚਦੇ ਹੁੰਦੇ ਸੀਗੇ। ਤੇ ਹੁਣ ਤਾਂ ਚਲੋ ਜਿੰਨਾ ਕੁ ਅਸੀਂ ਰੈਨੋਵੇਟ ਕਰਵਾਇਆ, ਉਸ ਤੋਂ ਬਾਅਦ ਇਹ ਕਰਦੀ ਬਣੀ ਬੈਠਕ। ਫਿਰ ਆਪਾਂ ਚੱਲ ਗਏ ਅੱਗੇ, ਤੇ ਹੋਏ ਕਿ ਮੰਜੀ ਮੁੰਜੀ ਬਹੁਤ ਪਏ ਆ, ਇੱਥੇ ਸਾਡਾ ਨਹਾਉਣ ਘਰ, ਠੀਕ ਹੈ। ਤੇ ਇੱਥੇ ਵਾਸ਼ ਮਸ਼ੀਨ, ਇਹ ਸਾਡਾ ਛੋਟੀ ਜਿਹੀ ਗੈਲਰੀ, ਠੀਕ ਹੈ। ਇਹ ਸਾਡੀ ਨਿੱਕੀ ਜਿਹੀ ਕਿਚਨ ਹੈ, ਬਟ ਕਿਚਨ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਸਾਡੀ, ਠੀਕ ਹੈ, ਛੋਟੀ ਜਿਹੀ ਕਿਚਨ ਹੈ, ਠੀਕ ਹੈ। ਤੇ ਬਾਕੀ ਇੱਧਰ ਖਲਾਰਾ ਪਾ ਰੱਖਿਆ, ਹਾਂ, ਲਾਈਟ ਜੀ ਲਾਉਂਦੇ। ਬਾਕੀ ਸਾਰਾ ਜਿਹੜਾ ਫਰੰਟ ਵਾਲਾ ਸੀ, ਇਹ ਅਸੀਂ ਹੁਣੇ ਪਾਇਆ, ਤੇ ਇਹ ਪਿਛਲਾ ਘਰ ਹੈ ਜਿਹੜਾ ਸਾਡਾ ਪੁਰਾਣਾ, ਉਹ ਅਸੀਂ ਹੁਣੇ ਪਾਇਆ, ਇਹ ਪਿਛਲਾ ਸਾਰਾ, ਇਹ ਪਿਛਲਾ, ਠੀਕ ਹੈ, ਜਿਹੜਾ ਕਿ ਮਤਲਬ 26 ਸਾਲ, ਮੰਮੀ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? 30 ਸਾਲ ਪੁਰਾਣਾ ਘਰ ਹੈ, 30 ਸਾਲ ਪੁਰਾਣਾ ਕਹਿ ਸਕਦੇ ਹਾਂ, 30 ਸਾਲ ਪੁਰਾਣਾ ਘਰ ਹੈ। ਇਹਦੇ ਵਿੱਚ ਕੋਈ ਅਸੀਂ ਰੰਗ ਨਹੀਂ ਕਰਵਾਇਆ, ਕੋਈ ਕੁਛ ਨਹੀਂ ਕਰਵਾਇਆ, ਜਸਟ ਇਹ ਉਦਾਂ ਹੀ ਪਿਆ। ਤੇ ਮੈਂ ਪੰਜ ਚੋਰੀਆਂ ਕਮਰੇ ਚ, ਇਹ ਸਾਡਾ ਛੋਟਾ ਜਿਹਾ ਕਮਰਾ ਹੈ ਜਿਹਦੇ ਵਿੱਚ ਬਹੁਤ ਨਿੱਘ ਰਹਿੰਦਾ ਜਦੋਂ ਸਾਰੇ ਜਣੇ ਇਕੱਠੇ ਹੋ ਕੇ। ਕੱਲ ਤਾਂ ਪੂਰਾ ਠੰਡਾ ਸੀਗਾ, ਬਿਲਕੁਲ ਨਹੀਂ, ਠੰਡਾ ਨਹੀਂ ਹੁੰਦਾ, ਇਹ ਚ ਨਿੱਘ ਹੀ ਰਹਿੰਦਾ। ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ, ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ, ਹੈ ਨਾ ਮੰਮੀ? ਤੇ ਸਾਨੂੰ ਬਹੁਤ ਸੋਹਣਾ ਲੱਗਦਾ ਇਹ ਨਿੱਕਾ ਜਿਹਾ, ਕਿਉਂਕਿ ਬਹੁਤ ਪੁਰਾਣਾ ਕਮਰਾ ਸਾਡਾ, ਤੇ ਅਸੀਂ ਹਜੇ ਤਿਆਰ ਇਸ ਕਰਕੇ ਨਹੀਂ ਕਰਵਾ ਰਹੇ ਕਿਉਂਕਿ ਜਦੋਂ ਮੇਰਾ ਬ੍ਰਦਰ ਆਊਗਾ ਆਪੇ ਕਰਵਾ ਲੂਗਾ ਆਪਦੇ ਅਕੋਰਡਿੰਗ ਜਿੱਦਾਂ ਉਹਨੇ ਕਰਵਾਉਣਾ, ਹਜੇ ਸਾਨੂੰ ਲੋੜ ਨਹੀਂ ਤਿਆਰ ਕਰਵਾਉਣ ਦੀ, ਹਜੇ ਅਸੀਂ ਆਰਾਮ ਨਾਲ ਤਿਆਰ ਕਰਵਾਵਾਂਗੇ। ਹੁਣ ਆਪਾਂ ਉੱਪਰ ਚੱਲਦੇ ਹਾਂ, ਉੱਪਰ ਰਹਿੰਦੇ, ਇੱਧਰ ਆ ਜਾ, ਇੱਧਰ ਆ ਜਾ ਕਰ, ਇੱਧਰ, ਇਹ ਸਾਡਾ ਉੱਪਰ ਹੈ, ਛੋਟਾ ਛੋਟਾ ਚੱਲਦੇ ਆ, ਨਹੀਂ ਯਾਰ ਨਹੀਂ ਲਵੂ, ਉੱਧਰ ਉੱਧਰ ਅੰਦਰ ਮੰਨਣਾ ਨਹੀਂ ਇਹਨੇ, ਧੁੰਦ ਬਹੁਤ ਹੋ ਰਹੀ ਹੈ ਬਾਈ ਅੱਜ ਤਾਂ, ਹੈ, ਧੁੰਦ ਦਾ ਮੌਸਮ ਹੋਇਆ ਪਿਆ ਪੂਰਾ ਫੁੱਲਿਆ, ਹੋਰ ਠੰਡ ਕਿੰਨੀ ਹੋਈ ਪਈ ਹੈ। ਹਲੋ, ਚੁੱਲ੍ਹਾ ਸਾਡਾ ਉੱਪਰ, ਅਸੀਂ ਸਟਾਰਟ ਕਰਦੇ ਹਾਂ, ਇਹ ਹੈ ਸਾਡਾ ਤੰਦੂਰ, ਚੁੱਲ੍ਹਾ ਨਹੀਂ ਤੰਦੂਰ ਹੈ, ਅੱਛਾ ਤੰਦੂਰ ਹੈ ਇਹ, ਮਾਂ ਕਹਿੰਦੇ ਚੁੱਲ੍ਹਾ, ਇਹ ਵਾਸ਼ਰੂਮ ਹੈ, ਠੀਕ ਹੈ। ਤੇ ਫਿਰ ਇੱਥੋਂ ਅੱਗੇ ਗੈਲਰੀ ਨਿਕਲ ਕੇ ਸਾਰੀ ਧਿਆਨ ਨਾਲ ਗੈਲਰੀ ਨਿਕਲ ਜਾਂਦੀ ਹੈ, ਇਹ ਅੱਗੇ ਬਣੂਗਾ ਹਜੇ, ਹਨਾ, ਇਹ ਸਾਰਾ ਬਣਨ ਵਾਲਾ, ਅਸੀਂ ਇਹ ਬਰਾਂਡਾ, ਠੀਕ ਹੈ, ਇਹ ਰੂਮ ਹੈ, ਇਹ ਵੀ ਸੀ ਮੇਰੇ ਬ੍ਰਦਰ ਲਈ ਰੂਮ ਰੈਡੀ ਕਰਵਾਇਆ, ਇਹ ਹਜੇ ਹੋਣਾ ਰੈਡੀ ਸਾਰਾ, ਹਾਂ, ਇਹ ਬਣਿਆ ਪੱਕਾ ਹੈ, ਜਦੋਂ ਸਾਡਾ ਘਰ ਬਣਿਆ ਸੀ ਤਾਂ ਅਸੀਂ ਸਿਰਫ ਬਣਵਾ ਕੇ ਰੱਖ ਲਿਆ, ਕੁਛ ਨਹੀਂ ਕੀਤਾ, ਹਜੇ ਸਾਰਾ ਹਜੇ ਵਿਚਾਲੇ ਪਿਆ, ਟਾਇਲ ਦਾ ਕੰਮ ਵੀ ਹੋਣ ਵਾਲਾ, ਲੱਗਣ ਵਾਲਾ ਪਿਆ ਸਾਰਾ, ਨੀਚੇ ਕਮਰਾ ਸੈੱਟ ਕਰਨ ਵਾਲਾ ਪਿਆ, ਹਜੇ ਸਾਡੇ ਘਰ ਦੇ ਮਿਸਤਰੀ ਲੱਗਣੇ ਆ, ਉਹ ਵੀਰਾ ਹੁਣ ਆਊਗਾ, ਫਿਲਹਾਲ ਅਜੇ ਮੰਮੀ ਇਕੱਲੇ ਰਹਿੰਦੇ ਆ, ਤੇ ਬ੍ਰਦਰ ਰਹਿੰਦਾ ਦੁਬਈ ਰਹਿੰਦਾ, ਤੇ ਜਦੋਂ ਉਹ ਆਊਗਾ ਅਗਲੇ ਸਾਲ ਹੀ ਹੋ ਗਿਆ ਨਾ, ਅਗਲੇ ਸਾਲ ਮਾਰਚ ਵਿੱਚ ਆਊਗਾ, ਬਸ ਆ ਮਾਰਚ ਆਉਣ ਵਾਲਾ, ਅਕੋਰਡਿੰਗ ਤਿਆਰ ਕਰਵਾਊਗਾ ਉਹ, ਕਿਉਂਕਿ
ਹਜੇ ਸਾਡਾ ਕੋਈ ਪਲਾਨ ਨਹੀਂਗਾ ਤੇ ਉਹਦਾ ਵਿਆਹ ਵੀ ਕਰਨਾ ਨਹੀਂ ਕਰ ਸਕਦੇ ਵਿਆਹ ਵੀ ਕਰਨਾ ਫਿਰ ਆਪਾਂ ਸਨੀ ਦਾ ਵੈਡਿੰਗ ਕਰਾਂਗੇ ਨਾਲ ਆ ਕੇ ਆਪਦੇ ਅਕੋਰਡਿੰਗ ਘਰ ਸਾਰਾ ਤਿਆਰ ਕਰਵਾਊਗਾ ਹਜੇ ਅਸੀਂ ਕੁਛ ਨਹੀਂ ਕਰਨਾ ਕਿਉਂਕਿ ਮੰਮੀ ਇਕੱਲੇ ਮਿਸਤਰੀ ਨਹੀਂ ਲਗਵਾ ਸਕਦੇ ਬੁੜੀਆਂ ਲਈ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਔਖਾ ਹੋ ਜਾਂਦਾ ਐਡਜਸਟ ਕਰਨਾ ਸਾਰਾ ਕੁਛ ਇਸ ਲਈ ਸਾਡਾ ਘਰ ਹਜੇ ਛੋਟਾ ਜਿਹਾ ਬਾਅਦ ਵਿੱਚ ਵੱਡਾ ਸਾਰਾ ਹੋ ਜਾਊਗਾ ਜਦੋਂ ਵੀਰ ਆਊਗਾ ਚਲੀਏ ਨੀਚੇ ਹੁਣ ਅਸੀਂ ਕਰੀ ਜਾਂਦੇ ਹਾਂ ਬੁਲਾਡੇ ਜਾਣ ਦੀ ਤਿਆਰੀ ਕਿਉਂਕਿ ਬਹੁਤ ਟਾਈਮ ਹੋ ਗਿਆ ਤੁਹਾਨੂੰ ਤਾਂ ਕਾਫੀ ਹੋ ਰਹੀ ਹੈ ਇਹ ਸਾਡਾ ਉੱਪਰੋਂ ਦੀਂਦਾ ਗਲੀ ਹੈ ਇਹ ਸਾਡੀ ਗਲੀ ਹੈ ਉਹ ਮੰਦਿਰ ਹੈ ਹਾਂ ਕਰਤੇ ਬਹੁਤ ਵੱਡਾ ਹੁਣ ਤਾਂ ਸਾਰਿਆਂ ਨੂੰ ਆਬਵੀਅਸਲੀ ਪਦਮਪੁਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜੂ ਹੋਰ ਕੀ ਸਹੀ ਗੱਲ ਹੈ ਹਨਾ ਲਵੂ ਪਰੌਂਠੇ ਪਰੌਂਠੇ ਖਾ ਲੈ ਮੰਮੀ ਨੇ ਮੰਗਾ ਕੇ ਦਿੱਤੀਆਂ ਨੇ ਮੈਨੂੰ ਕਚੋਰੀਆਂ ਹਾਂ ਕਚੋਰੀ ਖਾਧੀ ਆਪ ਨੇ ਹਾਂ ਖੜ ਜਾਓ ਕਮਲ ਖੜ ਜਾਓ ਫੋਨ ਦਾ ਚਾਰਜਰ ਮੈਂ ਸਾਰਾ ਕੁਝ ਲੈ ਲਿਆ ਕੋਕੋਨਟ ਵੀ ਚੱਕ ਲਾ ਚਲੋ ਫਿਰ ਚਲੋ ਚੱਲੀ ਆਜੋ ਚਲੋ ਰੋਣਾ ਨੀ ਹੁੰਦਾ ਮਾਤਾ ਜੀ ਇੱਥੇ ਆ ਜਾਂਗੇ ਪਿਆਰ ਹੀ ਬਹੁਤ ਹੈ ਕੁੜੀਏ ਕੁੜੀਏ ਬਾਬਲ ਅਸਾ ਤੁਰ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਤੁਰ ਜਾਣਾ ਚੱਲ ਰੋ ਨਾ ਤੂੰ ਨਾ ਰੋ ਕੋਈ ਨੀ ਲੈ ਆ ਮੰਮੀ ਵੀ ਆ ਗਿਆ ਦੋ ਚਾਰ ਦਿਨਾਂ ਨੂੰ ਆ ਜਾਂਗੇ ਫੇਰ ਯਾਰ ਅਸੀਂ ਚਲੋ ਚਲੋ ਆਰਾਮ ਨਾਲ ਜਾਣਾ ਧੁੰਦ ਦਾ ਮੌਸਮ ਆਰਾਮ ਨਾਲ ਚੱਲਾਂਗੇ ਚਲੋ ਹੌਲੀ ਹੌਲੀ ਜਾਵਾਂਗੇ ਕੋਣਾ ਰਹਿ ਗਿਆ ਸੀ ਚਲੋ ਜੀ ਅਸੀਂ ਇੱਥੋਂ ਚੱਲਣ ਲੱਗੇ ਹੁਣ ਤੇ ਜੋ ਵੀ ਸੀ ਵਧੀਆ ਰਿਹਾ ਦੋ ਤਿੰਨ ਦਿਨਾਂ ਦਾ ਮਾਹੌਲ ਤੇ ਬਾਕੀ ਲਵੀ ਐ ਲਵੀ ਜਾਣਾ ਹੁਣ
ਧੱਕੇ ਨਾਲ ਲੈ ਲੈ ਕੇ ਜਾਂਦੇ ਹੋ ਤੁਸੀਂ ਚੱਲ ਸਮਾਨ ਚੱਕ ਲਓ ਪਹਿਲਾਂ ਆਪਦਾ ਆਹ ਫਰੂਟ ਇੱਥੇ ਛੱਡਦਾ ਫਰੂਟ ਬਹੁਤ ਹੋ ਗਿਆ ਪਹਿਲੀ ਇੰਨਾ ਪਿਆ ਐਪਲ ਲੈ ਲਓ ਸਮਾਨ ਬਹੁਤ ਪਿਆ ਗੱਡੀ ਚ ਪਹਿਲੀ ਚਲੋ ਬਾਏ ਕਰ ਦੋ ਹੁਣ ਸਾਰਿਆਂ ਨੂੰ ਛੋਟਾ ਜਾ ਪਿਆਰਾ ਜਾ ਜੋ ਵੀ ਸੀਗਾ 7-8 ਮਿੰਟਾਂ ਦਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਵੀ ਲਵੀ ਮੇਰੀ ਮੰਮੀ ਨੂੰ ਵੀ ਪਿਆਰ ਦਿੰਦੇ ਰਹੇ ਦੂਜੀ ਮੰਮੀ ਨੂੰ ਵੀ ਤੇ ਵਾਲੀ ਮੰਮੀ ਨੂੰ ਵੀ ਇਹ ਦੋਨੇ ਮੰਮੀਆਂ ਹੀ ਨੇ ਚਲੋ ਚਲੀਏ ਹੁਣ ਚਲੋ ਠੀਕ ਆ ਜਾਓ ਚਲੀਏ ਆ ਜਾਓ ਧੁੱਪ ਆ ਗਈ ਬਈ ਹਾਏ ਹਾਏ ਧੁੱਪ ਆ ਗਈ ਬਹੁਤ ਸੋਹਣੀ ਓਏ ਚਲੋ ਬਈ ਸਾਡਾ ਘਰ ਸਾਰੇ ਕਹਿੰਦੇ ਜੀ ਪਦਮਪੁਰ ਚ ਘਰ ਕਿੱਥੇ ਆ ਪਾਵਰ ਹਾਊਸ ਕੋਲ ਪਾਵਰ ਹਾਊਸ ਕੋਲੇ ਘਰ ਸਾਡਾ ਕਿਹੜਾ ਪਾਵਰ ਹਾਊਸ ਕਿੱਥੇ ਆ ਹਨੂਮਾਨ ਮੰਦਿਰ ਦੇ ਕੋਲੇ ਘਰ ਸਾਡਾ ਬਾਈ ਮੰਮਾ ਹਨੂਮਾਨ ਮੰਦਿਰ ਦੇ ਕੋਲੇ ਘਰ ਸਾਡਾ ਚਲੋ ਮਿਲਦੇ ਆ ਤੁਹਾਨੂੰ ਫਿਰ ਬਾਅਦ ਚ ਅਸੀਂ ਜਾ ਕੇ